ਗੁਰਮੁਖ ਪਿਆਰਿਓ ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਅੱਜ ਕੁਝ ਖਾਸ ਬੇਨਤੀਆਂ ਮੈਂ ਸਾਂਝੀਆਂ ਕਰਨੀਆਂ ਨੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਤੇ ਇੱਕ ਰੌਲਾ ਪਿਆ ਹੋਇਆ ਹੈ ਕਿ ਮਾਂ ਨੇ ਹੀ ਮਾਸੂਮ ਬੱਚੀ ਦਾ ਕਤਲ ਕਰਤਾ ਹੈ ਸ਼੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਹੀ ਬੱਚੀ ਦੀ ਲਾਸ਼ ਨੂੰ ਛੱਡ ਕੇ ਉਹ ਮਾਂ ਉਥੋਂ ਫਰਾਰ ਹੋ ਗਈ ਹੈ ਸਾਰੀਆਂ ਬੇਨਤੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਸਮੇਂ ਦੇ ਦਾਇਰੇ ਵਿੱਚ ਰਹਿ ਕੇ ਸੋ ਸਾਰੇ ਜਾਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਫੱਤੇ ਬਲਾਓ ਅਰੰਭਤਾ ਕਰਿਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ਼ਲ ਮੀਡੀਆ ਤੇ ਇੱਕ ਵਾਇਰਲ ਹੋ ਰਹੀ ਖਬਰ ਤਾਂ ਤੁਸੀਂ ਸਾਰਿਆਂ ਨੇ ਸੁਣੀ ਲਈ ਹੋਣੀਆਂ ਪਰ ਉਹਦਾ ਸੱਚ ਕੀ ਹੈ ਤੁਹਾਨੂੰ ਜ਼ਰੂਰ ਦੱਸੂਗਾ ਇੱਕ ਮਾਂ ਆਉਂਦੀ ਹੈ ਜਿਹਦੀ ਗੋਦੀ ਦੇ ਵਿੱਚ ਬੱਚਾ ਚੁੱਕਿਆ ਹੋਇਆ ਤੇ ਇੱਕ ਛੋਟੀ ਜੀ ਬੱਚੀ ਐ ਜਦੀ ਉਮਰ ਤਕਰੀਬਨ ਪ੍ਰਸ਼ਾਸਨ ਨੇ ਦੱਸੀ ਐ ਵੀ 4-5 ਕੋਸਾਲਾਂ ਦੀ ਉਹ ਬੱਚੀ ਹੋएगी ਤੇ ਜਿਹੜੇ ਹਿਸਾਬ ਨਾਲ ਉਹਦੇ ਕੱਪੜੇ ਪਾਏ ਹੋਏ ਨੇ ਬੱਚੀ ਵਧੀਆ ਘਰ ਦੀ ਲੱਗਦੀ ਐ ਤੇ ਉਹ ਬੱਚੀ ਜਿਹੜੀ ਐ ਮਰ ਚੁੱਕੀ ਐ ਤੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਜਿੱਥੇ ਹੱਤ ਧੋਂਦੀ ਐ ਸੰਗਤ ਉਹਦੇ ਪਿਛਲੇ ਪਾਸੇ ਉਸ ਬੱਚੀ ਨੂੰ ਰੱਖ ਕੇ ਉਹ ਮਾਂ ਉਤੋਂ ਚਲੀ ਗਈ ਕਿੱਡੀ ਵੱਡੀ ਹਯਵਾਨੀਅਤ ਭਰੀ ਇਹ ਤਸਵੀਰ ਹੈ ਕਿ ਇੱਕ ਮਾਂ ਹੁਣ ਦੇਖੋ ਪਹਿਲੀ ਗੱਲ ਸੋਸ਼ਲ ਮੀਡੀਆ ਤੇ ਉਸ ਨੂੰ ਮਾਂ ਕਿਹਾ ਜਾ ਰਿਹਾ ਹੈ ਹੁਣ ਇਹ ਸਾਬਤ ਨਹੀਂ ਹੋਇਆ ਕਿ ਉਹ ਮਾਂ ਆ ਜਾਂ ਕੋਈ ਹੋਰ ਹੈ ਹੋ ਸਕਦਾ ਕੋਈ ਹੋਰ ਹੋਵੇ ਉਹਨੂੰ ਮਾਂ ਕਹਿ ਰਹੇ ਆ ਆਪਾਂ ਇਹ ਗੱਲ ਸੱਚ ਨਾ ਹੋਵੇ ਤੇ ਜੇ ਇਹ ਗੱਲ ਦਾ ਪੱਕਾ ਪੁਖਤਾ ਸਬੂਤ ਹੈ ਕਿ ਉਹ ਮਾਂ ਹੀ ਹੈ ਫਿਰ ਇਦੋਂ ਵਧੀਆ ਇਦੋਂ ਜਿਵੇਂ ਕਿ ਘਟਿਆ ਗੱਲ ਕੋਈ ਹੋਰ ਨਹੀਂ ਹੋ ਸਕਦੀ ਉਸ ਬੱਚੀ ਦੇ ਨਾਲ ਜੋ ਹੋਇਆ ਬਹੁਤ ਗਲਤ ਹੈ ਹੋ ਸਕਦਾ ਹੈ ਉਹ ਬੱਚੀ ਉਹਨਾਂ ਦੀ ਹੋਵੇ ਹੀ ਨਾ ਹੋ ਸਕਦਾ ਕਿਸੇ ਹੋਰ ਦੀ ਹੋਵੇ ਜਾਣ ਬੁਝ ਕੇ ਉਹਨੂੰ ਦਰਬਾਰ ਸਾਹਿਬ ਰੱਖ ਕੇ ਭੱਜ ਗਈ ਹੋਵੇ ਉਹ ਔਰਤ ਪਰ ਸੋਸ਼ਲ ਮੀਡੀਆ ਤੇ ਉਹਦੀ ਮਾਂ ਕਿਹਾ ਜਾ ਰਿਹਾ ਮੈਂ ਕਹਿੰਦਾ ਵੀ ਮਾਂ ਤੇ ਧੀ ਦੇ ਰਿਸ਼ਤੇ ਨੂੰ ਐਦਾਂ ਨਾ ਵਿਗਾੜੋ ਮਾਂ ਤੇ ਧੀ ਦੇ ਰਿਸ਼ਤੇ ਨੂੰ ਐਦਾਂ ਤਾਰ-ਤਾਰ ਨਾ ਕਰੋ ਜਿੰਨਾ ਚਿਰ ਆਪਾਂ ਨੂੰ ਸਹੀ ਗੱਲ ਦਾ ਪਤਾ ਨਹੀਂ ਲੱਗਦਾ ਉਹਨਾਂ ਤੇ ਇਹ ਗੱਲਾਂ ਕਰਨੀਆਂ ਬਿਲਕੁਲ ਗਲਤ ਗੱਲ ਹੈ ਉਹਨਾਂ ਤੇ ਇਹ ਗੱਲਾਂ ਨਾ ਕਰੋ ਇਹ ਜਿਹੜੀਆਂ ਚੀਜ਼ਾਂ ਨੇ ਨਾਂ ਫਲਾਓ ਮਾਂ ਤੇ ਧੀ ਦੇ ਰਿਸ਼ਤੇ ਦੇ ਵਿੱਚ ਇਦਾਂ ਫਿੱਕ ਨਾ ਪਾਓ ਦਰਸਲ ਸਾਨੂੰ ਹਜੇ ਇਸ ਬਾਰੇ ਕੁਝ ਪਤਾ ਨਹੀਂ ਹੈ ਮਾਂ ਕਹਿ ਕੇ ਮਾਂ ਸ਼ਬਦ ਦੀ ਬੇਇੱਜ਼ਤੀ ਨਾ ਕਰੋ ਅਸਲ ਦੇ ਵਿੱਚ ਉਹ ਬੱਚੀ ਨੂੰ ਛੱਡ ਕੇ ਉਹ ਔਰਤ ਉਥੋਂ ਭੱਜ ਗਈ ਫਰਾਰ ਹੋ ਗਈ ਹੁਣ ਪੁਲਿਸ ਪ੍ਰਸ਼ਾਸਨ ਲੱਭਣ ਦੇ ਵਿੱਚ ਲੱਗਿਆ ਹੋਇਆ ਹੈ ਕਿ ਕਿੱਥੋਂ ਦੀ ਬੱਚੀ ਹੈ ਕੌਣ ਹੈ ਸੋਸ਼ਲ ਮੀਡੀਆ ਤੇ ਲੱਗੇ ਹੋਏ ਨੇ ਲੱਭਣ ਦੇ ਲਈ ਉਹ ਔਰਤ ਵਾਪਸ ਜਾਂਦੀ ਉਥੋਂ ਦਿਖ ਰਹੀ ਹੈ ਜਿਹਦਾ ਪਹਿਚਾਣ ਹੋ ਗਈ ਹੈ ਚਿਹਰਾ ਵੀ ਦੇਖਿਆ ਦੇਖਿਆ ਜਾ ਚੁੱਕਿਆ ਹੈ ਸਰਕੂਲੇਟਰ ਉਹਦੀਆਂ ਫੋਟੋਆਂ ਸਭ ਕਿਤੇ ਕਰ ਦਿੱਤੀਆਂ ਗਈਆਂ ਨੇ ਜਲਦੀ ਹੀ ਉਹਦੇ ਜਿਵੇਂ ਗ੍ਰਿਫਤ ਦੇ ਵਿੱਚ ਆਉਂਦੀ ਹੈ ਫਿਰ ਅਸਲ 'ਚ ਪਤਾ ਲੱਗੂਗਾ ਕਿ ਇਹ ਕਹਾਣੀ ਕੀ ਹੈ ਉਹਨਾਂ ਚ ਸੋਸ਼ਲ ਮੀਡੀਆ ਤੇ ਧਿਆਨ ਰੱਖੋ ਇਸ ਰਿਸ਼ਤੇ ਨੂੰ ਮਾਂ ਤੇ ਧੀ ਦੇ ਰਿਸ਼ਤੇ ਦਾ ਰੂਪ ਨਾ ਦਿੱਤਾ ਜਾਵੇ ਸਾਰਿਆਂ ਨੂੰ ਇਹੋ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ